ਸ਼ਾਭੀ ਕਾਮੇਡੀਅਨ ਗੁਰਪ੍ਰੀਤ ਕੋੱਗੀ ਆਏ ਦਿਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕਿਸਾਨ ਅੰਦੋਲਨ ਲਈ ਜਾਗਰੂਕ ਤੇ ਉਤਸ਼ਾਹਿਤ ਕਰ ਰਹੇ ਨੇ ਗੁਰਪ੍ਰੀਤ ਕੋੱਗੀ ਨੇ ਆਪਣੀ ਨਵੀਂ ਵੀਡੀਓ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਗੱਡੀਆਂ ਤੇ ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਝੰਡੇ ਤੇ ਸਟicker ਜ਼ਰੂਰ ਲਗਾਉਣ ਜਿਸ ਦੇ ਨਾਲ ਕਿਸਾਨ ਅੰਦੋਲਨ ਦੀ ਵਿਜ਼ਿਬਿਲਟੀ ਵਧੇ ਦੱਸ ਦਈਏ ਕਿ ਕਿਸਾਨ ਇੱਕ ਮਹੀਨੇ ਤੋਂ ਦਿੱਲੀ ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਡਟੇ ਹੋਏ ਨੇ ਗੁਰਪ੍ਰੀਤ ਕੁਗੀ ਨੇ ਕਿਹਾ ਹੈ ਕਿ ਜੇ ਲਹਿਰ ਲੈ ਕੇ ਆਉਣੀ ਹੈ ਤਾਂ ਛੰਡੇ ਲਹਿਰਾ ਦਿਓ ਇਸ ਤੋਂ ਪਹਿਲਾਂ ਗੁਰਪ੍ਰੀਤ ਕੁਗੀ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਦਿੱਲੀ ਵੀ ਪੁੱਜੇ ਸਨ ਜਿੱਥੇ ਉਹਨਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਸੀ ਸਾਥੀਓ ਕਿਸਾਨ ਅੰਦੋਲਨ ਅੱਜ ਆਪਣੀ ਚਰਮ ਸੀਮਾ ਤੇ ਹੈ ਬਹੁਤ ਸਾਰੇ ਲੋਕ ਯਾਨੀ ਅਲੱਖਾਂ ਕਰੋੜਾਂ ਲੋਕ ਜਿਹੜੇ ਆਪਣਾ ਸਮਰਥਨ ਦੇ ਰਿਹਾ ਇਸ ਕਿਸਾਨੀ ਪ੍ਰੋਟੈਸਟ ਨੂੰ ਬਹੁਤ ਸਾਰੇ ਲੋਕ ਉੱਥੇ ਜਾ ਕੇ ਯਾਨੀ ਪ੍ਰੋਟੈਸਟ ਵਾਲੀ ਜਗ੍ਹਾ ਤੇ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਸਮਰਥਨ ਦੇ ਰਹੇ ਆ ਔਰ ਕਰੋੜਾਂ ਲੋਕ ਘਰੋਂ ਬੈਠੇ ਆਪਣਾ ਸਮਰਥਨ ਦੇ ਰਹੇ ਆ ਔਰ ਐਸੇ ਲੋਕ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਬਹੁਤ ਦਰਦ ਹਮਦਰਦੀ ਸਮਰਥਨ ਪਿਆਰ ਸਮਰਪਣ ਸਭ ਕੁਝ ਐਸ ਅੰਦੋਲਨ ਲਈ ਪਰ ਉਹ ਸ਼ੋਅ ਨਹੀਂ ਕਰ ਪਾਰੇ ਕਹਿੰਦੇ ਆ ਨਾ ਕਿ ਵਿਜ਼ਿਬਿਲਟੀ ਬਹੁਤ ਜ਼ਰੂਰੀ ਹੈ ਜੋ ਦਿਲ ਮੇ ਹੋ ਦਿਖਣਾ ਬਹੁਤ ਜ਼ਰੂਰੀ ਹੈ ਸੋ ਜੇ ਤੁਹਾਡੇ ਦਿਲ ਚ ਸਮਰਪਣ ਹੈ ਤਾਂ ਦਿਸਣਾ ਚਾਹੀਦਾ ਸੋ ਵਿਜ਼ਿਬਿਲਟੀ ਬਣਾਓ ਉਹ ਕੀ ਕਰਨਾ ਆਪਾਂ ਆਪਣੀਆਂ ਗੱਡੀਆਂ ਤੇ ਕਿਸਾਨੀ ਸੰਘਰਸ਼ ਦੇ ਸਮਰਥਨ ਚ ਝੰਡੇ ਲਗਾਓ ਸਟicker ਲਗਾਓ ਝੰਡਾ ਲਗਾਓ ਜਾਂ ਸਟicker ਲਗਾਓ ਜਾਂ ਦੋਨੋਂ ਹੀ ਲਗਾਓ ਪਰਵਾਹ ਨਹੀਂ ਕਰਨੀ ਗੱਡੀ ਕਿੱਡੀ ਮਹਿੰਗੀ ਹੈ ਸਾਡੇ ਬੱਚਿਆਂ ਦੇ ਆਉਣ ਵਾਲੀਆਂ ਨਸਲਾਂ ਦੇ ਫਿਊਚਰ ਨਾਲੋਂ ਕੋਈ ਗੱਡੀ ਮਹਿੰਗੀ ਨਹੀਂ ਹੈ ਜਦੋਂ ਵੈਸੇ ਵੀ ਇਲੈਕਸ਼ਨ ਵਗੈਰਾ ਹੁੰਦੇ ਨੇ ਹਰ ਗੱਡੀ ਤੇ ਕਿਸੇ ਨਾ ਕਿਸੇ ਪਾਰਟੀ ਦਾ ਝੰਡਾ ਲੱਗਿਆ ਹੁੰਦਾ ਉਹਨਾਂ ਦੇ ਵਿੱਚੋਂ ਕਿਸੇ ਇੱਕ ਬੰਦੇ ਨੇ ਜਿੱਤ ਕੇ ਸਿਰਫ 5 ਸਾਲ ਲਈ ਆਉਣਾ ਹੁੰਦਾ ਪਾਵਰ ਦੇ ਵਿੱਚ ਜੇ ਇਹ ਸੰਘਰਸ਼ ਤੁਸੀਂ ਜਿੱਤਦੇ ਹੋ ਤੇ ਸਦੀਵੀ ਹੋਏਗਾ ਸਦੀਆਂ ਤੱਕ ਹੋਏਗਾ ਸੋ ਰਿਕੁਐਸਟ ਹੈ ਆਪਣੀਆਂ ਗੱਡੀਆਂ ਤੇ ਸਟicker ਲਗਾਓ ਝੰਡੇ ਲਗਾਓ ਘਰਾਂ ਦੇ ਬਾਹਰ ਝੰਡੇ ਲਗਾਓ ਵਿਜ਼ਿਬਿਲਟੀ ਹੋਣੀ ਚਾਹੀਦੀ ਹੈ ਮੈਂ ਲਾਸਟ ਇੱਕੋ ਲਾਈਨ ਕਵਾਂਗਾ ਕਿ ਅਗਰ ਲਹਿਰ ਲੈ ਕੇ ਆਉਣੀ ਹੈ ਤਾਂ ਝੰਡੇ ਲਹਿਰਾ ਦਿਓ